ਜੀ 2:30 ਵਜੇ ਅਸੀਂ ਇੱਥੇ ਖੜਕੇ ਦੀ ਆਵਾਜ਼ ਸੁਣੀ ਆ ਅਤੇ ਫਾਇਰ ਹੋ ਰਹੇ ਸੀ। ਅਸੀਂ ਫਟਾਫਟ ਇੱਥੇ ਆਏ ਤਾਂ ਪਤਾ ਲੱਗਿਆ ਵੀ ਬੈਂਕ ਦੇ ਵਿੱਚ ਡਾਕਾ ਪੈ ਗਿਆ। ਕੌਣ ਸੀ ਬੰਦੇ, ਕਿਵੇਂ ਆਏ ਸੀ, ਕੋਈ ਲੱਗਿਆ ਪਤਾ ਹੁਣ ਤੱਕ? ਨਹੀਂ, ਹਜੇ ਤੱਕ ਕੁਛ ਨਹੀਂ। ਇੰਨਾ ਕੁ ਪਤਾ ਲੱਗਿਆ ਕਿ 3 ਮੁੰਡੇ ਸੀਗੇ, 3 ਦਾ ਮੂੰਹ ਬੰਨਿਆ ਹੋਇਆ ਸੀ, 3 ਕੋਲ ਪਿਸਟਲ ਸੀਗੇ ਅਤੇ ਕੈਸ਼ ਲੈ ਗਏ ਅੰਦਰੋਂ। ਕਿੰਨਾ ਕੈਸ਼ ਲੈ ਗਏ, ਕੋਈ ਆਲੇ ਦੁਆਲੇ ਖਬਰ ਆਈ ਹੋਵੇ? ਕੋਈ ਖਬਰ ਆਈ, ਐਸਟੀਮੇਟਡ 10-15 ਲੱਖ ਦੇ ਨੀਅਰ ਅਬਾਊਟ ਕਹਿੰਦੇ ਨੇ। ਜਿਸ ਤਰ੍ਹਾਂ ਕਹਿ ਰਹੇ ਕਿ ਗੋਲੀਆਂ ਵੀ ਚਲਾ ਗਏ ਨੇ, ਕਿਸੇ 'ਤੇ ਗੋਲੀ ਲੱਗੀ ਤਾਂ ਨਹੀਂ? ਨਹੀਂ, ਗੋਲੀ ਅੰਦਰ ਵੀ ਉਹਨਾਂ ਨੇ ਫਾਇਰ ਕਰਿਆ ਅਤੇ ਗਨਮੈਨ ਨੂੰ ਉਹਦੇ ਨਾਲ ਹੱਥੋਂ ਪਾਈ ਹੋ ਕੇ ਉਹਦੀ ਰਫਲ ਖੋਲੀ ਸੀ ਅਤੇ ਜਾਣ ਲੱਗੇ ਰਫਲ ਉਹ ਸਿੱਟ ਗਏ ਅਤੇ ਉਹਨਾਂ ਨੇ ਜਦੋਂ ਰਫਲ ਚੱਕੀ ਤਾਂ ਚੱਕਣ ਤੋਂ ਬਾਅਦ ਉਹਨਾਂ ਨੇ ਵੀ ਪਿੱਛੋਂ ਫਾਇਰ ਜਵਾਬੀ ਫਾਇਰ ਕੀਤੇ ਨੇ। ਇਲਾਕੇ ਦੇ ਲੋਕਾਂ ਨੂੰ ਕਿਸ ਤਰ੍ਹਾਂ ਪਤਾ ਲੱਗਿਆ ਘਟਨਾ ਬਾਰੇ? ਹੌਲੀ ਹੌਲੀ ਸਾਰਿਆਂ ਨੂੰ, ਜਿਵੇਂ ਆਲੇ ਦੁਆਲੇ ਵਾਲੇ ਦੁਕਾਨਦਾਰ ਇਕੱਠੇ ਹੋਏ, ਗਾਹਾਂ ਦੇ ਗਾਹਾਂ ਇਨਫੋਰਮ ਹੁੰਦਾ ਗਿਆ ਅਤੇ ਸਾਰਿਆਂ ਨੂੰ ਪਤਾ ਲੱਗਦਾ ਗਿਆ। ਜਿਸ ਤਰ੍ਹਾਂ ਸ਼ਰੇਆਮ ਦਿਨ ਦਿਹਾੜੇ ਡਾਕਾ ਮਾਰਿਆ ਗਿਆ ਅਤੇ ਇੱਥੇ ਇਲਾਕੇ ਦੇ ਵਿੱਚ ਕੀ ਮਾਹੌਲ ਆ ਹੁਣ ਤੁਹਾਡੇ? ਮਾਹੌਲ ਬਹੁਤ ਦਹਿਸ਼ਤ ਦਾ ਮਾਹੌਲ ਹੈ ਜੀ, ਕਿਉਂਕਿ ਦਿਨ ਦਿਹਾੜੇ ਵੀ ਲੋਕ ਸੇਫ ਨਹੀਂ ਹੈਗੇ। ਹਰ ਬੰਦੇ ਨੂੰ ਆਪਣੀ ਜਾਨ ਦਾ ਖਤਰਾ ਵੀ, ਅਗਲਾ ਇਹ ਕਹਿੰਦਾ ਵੀ ਅੱਜ ਦੇ ਸਮੇਂ ਦੇ ਵਿੱਚ ਵੀ 100-100 ਰੁਪਏ ਪਿੱਛੇ ਵੀ ਬੰਦਾ ਮਾਰ ਦਿੰਦਾ, ਇਹ ਤਾਂ ਫਿਰ ਬਹੁਤ ਬੜੀ ਲੁੱਟ ਦੀ ਗੱਲ ਹੈ। ਇਹ ਵੀ ਦੱਸਿਆ ਜਾ ਰਿਹਾ ਕਿ ਜਿਵੇਂ ਛੁੱਟੀਆਂ ਤੋਂ ਬਾਅਦ ਅੱਜ ਬੈਂਕ ਖੁੱਲ੍ਹੀ ਸੀ, ਕੈਸ਼ ਜ਼ਿਆਦਾ ਵੀ ਹੋ ਸਕਦਾ? ਕੈਸ਼ ਜ਼ਿਆਦਾ ਮੰਗਵਾਇਆ ਸੀਗਾ, ਇਹੀ ਪਤਾ ਲੱਗਿਆ ਵੀ ਅੱਜ ਕੈਸ਼ ਆਇਆ ਸੀਗਾ, ਦਾ ਕਿਉਂਕਿ ਲਗਭਗ ਇੱਥੇ ਕੈਸ਼ ਘੱਟੇ ਹੁੰਦਾ। ਜੇ ਕਿਸੇ ਨੇ ਵੱਧ ਕੈਸ਼ ਲੈਣਾ ਹੁੰਦਾ ਤਾਂ ਪਹਿਲਾਂ ਕਹਿ ਕੇ ਜਾਣਾ ਪੈਂਦਾ ਵੀ ਕੈਸ਼ ਚਾਹੀਦਾ ਜੀ, ਇੰਨਾ ਰੱਖ ਲਿਓ। ਅਤੇ ਸੁਰੱਖਿਆ ਨੂੰ ਲੈ ਕੇ ਕੀ ਸਵਾਲ ਨੇ ਕਿ ਪਿੰਡ ਵਾਸੀ ਜਿਹੜੇ ਆ ਉਹ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਕਰ ਰਹੇ ਨੇ ਕਿ ਆਮ ਘਟਨਾਵਾਂ ਹੋ ਰਹੀਆਂ ਨੇ, ਕਿਹੋ ਜਿਹੇ ਪ੍ਰਬੰਧ ਹੋਣੇ ਚਾਹੀਦੇ ਨੇ? ਪ੍ਰਬੰਧ ਤਾਂ ਹੁਣ ਦੇਖੋ, ਚੋਰੀ ਦੀਆਂ ਵਾਰਦਾਤਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ ਤਾਂ ਠੱਲ ਪਾਉਣ ਲਈ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ। ਹੁਣ ਇਹਦੇ ਬਾਰੇ ਆਪਾਂ ਜ਼ਿਆਦਾ ਵਿਸਤਾਰ 'ਚ ਨਹੀਂ ਜਾ ਸਕਦੇ। ਜਿਹੜੇ ਉਹ ਮੋਟਰਸਾਈਕਲ ਸਵਾਰ ਸੀ, ਕੋਈ ਲੱਗਿਆ ਪਤਾ ਕਿ ਕਿਹੜੇ ਪਾਸਿਓਂ ਆਏ, ਕਿੱਧਰੋਂ ਫਰਾਰ ਹੋਏ? ਨਹੀਂ, ਹਜੇ ਕੁਛ ਨਹੀਂ ਪਤਾ ਲੱਗਿਆ, ਕਿਉਂਕਿ ਦਹਿਸ਼ਤ ਦਾ ਮਾਹੌਲ ਸੀਗਾ, ਕਾਫੀ ਜ਼ਿਆਦਾ ਰਸ਼ ਪੈਣ ਕਰਕੇ ਇੱਕ ਸਾਈਡ ਤੋਂ ਜਣੀ ਬਗਲੀ ਤੋਂ ਉਹ ਬੀਜੇ ਵੱਲ ਨੂੰ ਜ਼ਰੂਰ ਗਏ ਨੇ, ਪਿੱਛੇ ਜਾਣ ਦੀ ਕੋਸ਼ਿਸ਼ ਨਹੀਂ ਕੀਤੀ। ਸਾਰੇ ਬੈਂਕ ਦੇ ਵਿੱਚ ਆਏ ਨੇ, ਪਹਿਲਾਂ ਵੀ ਕਿਸੇ ਦੇ ਕੋਈ ਜਾਨੀ ਮਾਲੀ ਨੁਕਸਾਨ ਨਾ ਹੋ ਗਿਆ ਹੋਵੇ। ਪਹਿਲਾਂ ਇੱਧਰ ਜਾਂਚ ਦੇ ਸਾਹਮਣੇ ਆਇਆ ਵੀ 2:30 ਵਜੇ ਦੇ ਲਾਗੇ ਜਿਹੜੇ 3 ਮੁਲਜ਼ਮ ਜਿਹੜੇ ਆਏ ਆ, ਅਕਿਊਸ ਨੌਜਵਾਨ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ, ਉਹਨਾਂ ਨੇ ਅੰਦਰ ਆਉਂਦੇ ਜਿਹੜਾ ਪਿਸਟਲ ਕੱਢ ਕੇ ਜਿਹੜਾ ਸਿਕਿਉਰਟੀ ਗਾਰਡ ਉਹਨਾਂ ਹੱਥੋਂ ਪਾਈ ਕਰਦੇ, ਇਹਦਾ ਕੈਸ਼ ਲੁੱਟ ਕੇ ਲੈ ਗਏ ਆ ਬੈਂਕ ਦੇ ਵਿੱਚ। ਉਹ ਬੈਂਕ ਦੀ ਜਿਹੜੀ ਅਕਾਊਂਟਿੰਗ ਕਰਕੇ ਤੁਹਾਨੂੰ ਦੱਸ ਰਿਹਾ, ਕਾਨੂੰਨ ਸਾਰਾ ਹੀ ਕਾਰਵਾਈ ਕਰ ਰਹੇ ਹਾਂ, ਸਾਡੀਆਂ 3-4 ਅੱਡ ਅੱਡ ਪਾਰਟੀਆਂ ਬਣੀਆਂ 5, ਇਹਨਾਂ ਨੂੰ ਨੈਬ ਕਰਨ ਦੇ ਲਈ ਛੇਤੀ ਹੀ ਫੜਨਾ। ਇਹ ਪਤਾ ਲੱਗਿਆ ਕਿ ਇਲਾਕਾ ਵੀ ਸੀਲ ਕੀਤਾ, ਕਿੰਨਾ ਕੁ ਇਲਾਕਾ ਸੀਲ ਕੀਤਾ ਜੀ? ਇਲਾਕਾ ਤਾਂ ਸਾਡੇ 4-5 ਪਾਰਟੀਆਂ ਸਾਡੀਆਂ ਗਈਆਂ ਨੇ, ਚੈੱਕ ਕਰ ਰਹੇ। ਮਿਲੀ ਲੀਲ ਲੱਗਦਾ ਕਿ ਛੇਤੀ ਫੜੇ ਜਾਣਗੇ? ਫੜਾਂਗੇ, ਛੇਤੀ ਫੜਾਂਗੇ।